ਹਲਕਾ ਲੰਮੀ ਦੇ ਪਿੰਡ ਰਾਣੀ ਵਾਲਾ ਵਿਖੇ ਇੱਕ ਗਰਭਵਤੀ ਵਿਆਹੁਤਾ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲਣ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਪੇਕੇ ਪਰਿਵਾਰ ਵਾਲਿਆਂ ਦੇ ਵੱਲੋਂ ਸਹੁਰੇ ਪਰਿਵਾਰ ਤੇ ਇਲਜ਼ਾਮ ਲਾਏ ਜਾ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਸਹੁਰੇ ਪਰਿਵਾਰ ਦੇ ਵੱਲੋਂ ਹੀ ਉਹਨਾਂ ਦੀ ਧੀ ਨੂੰ ਮਾਰਿਆ ਗਿਆ। ਰਾਜਸਥਾਨ ਦੇ ਜ਼ਿਲ੍ਹਾ ਅਨੂਪਗੜ੍ਹ ਰਾਜਸਥਾਨ ਦੇ ਪਿੰਡ ਦੀ ਲੜਕੀ ਜਿਹੜੀ ਸੀ ਰਮਨਦੀਪ ਕੌਰ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਆ। ਉਹਨਾਂ ਦਾ ਕਹਿਣਾ ਹੈ ਕਿ 10 ਮਹੀਨੇ ਪਹਿਲਾਂ ਹੀ ਇਸਦਾ ਵਿਆਹ ਹੋਇਆ ਸੀ ਅਤੇ ਅੱਜ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ। ਲੜਕੀ ਦੇ ਪੇਕੇ ਪਰਿਵਾਰ ਵਾਲਿਆਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਦੀ ਲੜਕੀ ਨੂੰ ਮਾਰਿਆ ਗਿਆ ਹੈ। 10 ਮਹੀਨੇ ਪਹਿਲਾਂ ਜਦੋਂ ਗੁਰਤੇਜ਼ ਸਿੰਘ ਨਾਮ ਦੇ ਵਿਅਕਤੀ ਦੇ ਨਾਲ ਇਸਦਾ ਵਿਆਹ ਕਰਵਾਇਆ ਸੀ ਅਤੇ ਉਸ ਤੋਂ ਬਾਅਦ ਹੀ ਲਗਾਤਾਰ ਉਸਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਗੁਰਤੇਜ਼ ਜਿਹੜਾ ਸੀ ਉਹ ਸ਼ਰਾਬ ਪੀਣ ਦਾ ਆਦੀ ਸੀ ਅਤੇ ਇਸੇ ਦੇ ਵਿੱਚ ਉਹ ਆਪਣੀ ਪਤਨੀ ਨੂੰ ਕੁੱਟਦਾ ਸੀ, ਮਾਰਦਾ ਸੀ। ਅਤੇ ਹੁਣ ਜਿਹੜੀ ਮ੍ਰਿਤਕ ਕੁੜੀ ਹੈ ਉਹ ਗਰਭਵਤੀ ਵੀ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਇਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਅਤੇ ਜਲਦ ਤੋਂ ਜਲਦ ਹੁਣ ਇਨਸਾਫ ਦੀ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ। ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ। ਕਿਹੜਾ ਪਿੰਡ ਹੈ ਜੀ? ਕਿਸਾਨ ਆਪਣਾ 2 ਘੰਟੇ ਡੱਬਰ ਹੈ ਜੀ, ਤਹਿਸੀਲ ਕਿਸਾਣਾ, ਜ਼ਿਲ੍ਹਾ ਅਨੂਪਗੜ੍ਹ, ਰਾਜਸਥਾਨ। ਕੀ ਮਾਮਲਾ ਕੀ ਸੀਗਾ? ਮਾਮਲਾ ਜੀ ਇਹਨਾਂ ਦਾ ਪਹਿਲਾਂ ਵੀ ਝਗੜਾ ਚੱਲਦਾ ਹੀ ਸੀਗਾ। ਇਹ ਦਾਰੂ ਪੀਂਦਾ ਸੀ, ਲੜਕੀਆਂ ਦੇ ਫੋਨ ਫਾਨ ਆਉਂਦੇ ਸੀਗੇ, ਉਹੀ ਇਹਨਾਂ ਦਾ ਝਗੜਾ ਚੱਲਦਾ ਸੀ। ਅਤੇ ਆਖਿਰਕਾਰ ਅਸੀਂ ਆਖਿਆ ਚਲੋ ਵੀ ਸਮਝ ਜੂਗਾ, ਪਰ ਇਹ ਨਾ ਸਮਝਿਆ। ਸਾਡੀ ਅੱਜ ਭਾਣਜੀ ਜਗਤ ਹੋ ਗਈ। ਸਾਨੂੰ ਦੁੱਖ ਇਸ ਚੀਜ਼ ਦਾ, ਗੱਲ ਕਰਨੀ ਨਹੀਂ ਹੋਈ ਨਹੀਂ ਸਕਦੀ ਗੱਲ। ਕਿੰਨਾ ਟਾਈਮ ਹੋ ਗਿਆ ਵਿਆਹ ਕੇ? 10 ਮਹੀਨੇ ਹੋ ਗਏ। 10 ਮਹੀਨੇ ਵਿਆਹ ਇੱਥੇ ਕੀਤਾ ਸੀਗਾ ਜੀ, ਆਪਣੇ 281 ਹੈਡ, ਮਤਲਬ ਹਾਂਜੀ ਪੰਜਾਬ 'ਚ ਰਾਣੀ ਵਾਲਾ। ਹਾਂਜੀ, ਉਹਨਾਂ ਦਾ ਲੜਕੇ ਦਾ ਨਾਂ ਨਿਰਪੈ ਸਿੰਘ ਸੀ, ਉਰ ਪ੍ਰਿੰਕੂ, ਪਿਓ ਦਾ ਨਾਂ ਸੀਗਾ ਗੁਰਮੇਲ ਸਿੰਘ। ਅਤੇ ਵਧੀਆ ਵਿਆਹ ਕੀਤਾ ਸੀਗਾ, ਪਰ ਇਹ ਦਾਜ ਦੇ ਲੋਭੀ ਸੀਗੇ। ਰੋਜ਼ ਹੀ ਲੜਕੀ ਨਾਲ ਮਤਲਬ ਝਗੜਾ ਤਾਂ ਕਰਦਾ ਹੀ ਰਹਿੰਦਾ ਸੀ, ਪਰ ਉਹ ਕਹਿੰਦੀ ਸੀ ਚੱਲ ਵੀ ਸੁਧਰ ਜੂਗਾ। ਅਸੀਂ ਵੀ ਆਖਿਆ ਚਲੋ ਰੋਡਵੇਜ਼ ਦਾ ਡਰਾਈਵਰ ਹੈ, ਚਲੋ ਮੰਨੂਗਾ ਗੱਲ, ਪਰ ਨਹੀਂ। ਆਖਿਰਕਾਰ ਲੜਕੀ ਨੇ ਜਾਣ ਆਪਦੀ ਗਵਾ ਲਈ ਹੈ। ਕੀ ਕੀਤਾ, ਕੀ ਇਹਨਾਂ ਨੇ ਹੈਂਜੀ ਤੁਹਾਨੂੰ ਕੀ ਆਖਿਆ ਵੀ ਕਿਵੇਂ ਡੈਥ ਹੋਈ ਹੈ? ਸਾਨੂੰ ਤਾਂ ਆਖਿਆ ਹੈਗਾ ਵੀ ਅਸੀਂ ਢਿੱਲ ਮਿਸ ਹੋਈ ਹੈ। ਸਾਡੇ ਕੋਲ ਤਾਂ ਤੜਕੇ 4 ਵਜੇ ਫੋਨ ਕੀਤਾ, ਲੜਕੀ ਡੈਥ ਤੋਂ ਉਦੋਂ ਪਹਿਲਾਂ ਹੀ ਹੋ ਚੁੱਕੀ ਸੀ ਅਤੇ ਉਹਦੇ ਗਲੇ 'ਤੇ ਨਿਸ਼ਾਨ ਹੈ। ਹਾਂਜੀ ਹਾਂ, ਪੰਚਾਇਤ 'ਚ ਆਏ ਸੀ ਕੱਲ੍ਹ ਪੰਚਾਇਤ 'ਚ ਆਏ ਸੀ, ਉਦੋਂ ਇਹਨਾਂ ਨੇ ਆਖਿਆ ਵੀ, ਲੜਕੀ ਨੇ ਆਖਿਆ ਵੀ ਇਹ ਬਟਾਊ ਮਤਲਬ ਦਾਰੂ ਨਾ ਪੀਵੇ, ਅਤੇ ਉਹ ਕਹਿੰਦਾ ਵੀ ਲੜਕੀ ਕੋਲ ਫੋਨ ਨਹੀਂ ਹੋਣਾ ਚਾਹੀਦਾ। ਅਤੇ ਫੋਨ ਇਹਨਾਂ ਨੇ ਇਸੇ ਵਾਸਤੇ ਰਿਕੁਆਇਆ ਸੀ ਵੀ ਜੇ ਫੋਨ ਹੋਊਗਾ ਤਾਂ ਫੋਨ ਕਰ ਦੂਗੀ, ਵੀ ਮੈਨੂੰ ਕੁੱਟਮਾਰ ਕਰਦੇ ਆ, ਜੇ ਫੋਨ ਨਾ ਹੋਇਆ ਕੋਲ ਤਾਂ ਆਪਾਂ ਨੂੰ ਮਾਰਨੀ ਸੌਖੀ ਹੈ। ਆਈ ਗੱਲ ਕੱਲ੍ਹ ਤੁਸੀਂ ਆਏ ਹੋ? ਪਰਸੋਂ। ਹਾਂਜੀ ਪਰਸੋਂ ਆਏ ਸੀ। ਕੱਲ੍ਹ ਪੰਚਾਇਤ ਹੋਈ ਸੀ ਜੀ, ਪੰਨੀ ਵਾਲਾ ਪੱਤਾ ਚੌਂਕੀ 'ਚ। ਹਾਂਜੀ ਹਾਂਜੀ। ਕੀ ਕੋਈ ਬੱਚਾ ਵਗੈਰਾ ਵੀ ਹੋਣਾ? ਹਾਂਜੀ ਹਾਂਜੀ, ਪ੍ਰੈਗਨੈਂਟ ਸੀ, ਮਹੀਨਾ ਕੀ ਰਹਿ ਗਿਆ ਸੀ ਬਸ। ਅਸੀਂ ਤਾਂ ਮੰਗ ਅਸੀਂ ਕਰਦੇ ਹਾਂ ਵੀ ਇਹਨਾਂ ਸਾਰਿਆਂ ਨੂੰ, ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਕੜੀ ਤੋਂ ਕੜੀ ਸਾਰੇ ਅੰਦਰ ਜਾਣੇ ਚਾਹੀਦੇ ਹੈ, ਚਾਹੇ ਕੋਈ ਸਰਪੰਚ ਹੈ ਚਾਹੇ ਕੋਈ ਹੈ, ਜਿਨ੍ਹਾਂ ਨੇ ਜ਼ਿੰਮੇਵਾਰੀਆਂ ਲਈਆਂ ਉਹਨਾਂ ਨੂੰ ਨਾਲ ਫਸਣਾ ਚਾਹੀਦਾ। ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ। ਹਾਂਜੀ ਹਾਂ, ਉਹਦੀਆਂ ਇੱਕ ਸੱਸ ਹੈ, ਸਹੁਰਾ ਹੈਗਾ, 2 ਨਨਾਨਾ ਹੈ, ਇੱਕ ਉਹਨਾਂ ਦਾ ਬਟਾਊ ਹੈ, ਮਲੇਸ਼ੀਆ ਰਹਿੰਦਾ, ਉਹ ਵੀ ਸਾਨੂੰ ਗਾਲਾਂ ਕੱਢ ਕੇ ਆਇਆ ਉੱਥੇ ਪਿੱਛੇ ਜਾ ਕੇ ਲੜਕੀ ਦੇ ਸਹੁਰੇ, ਅਤੇ ਉਹਨੂੰ ਵੀ ਉਹਦੇ ਖਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ। ਸਾਨੂੰ ਰੁਕਾ ਮਸੂਲ ਹੋਇਆ ਰਮਨਦੀਪ ਕੌਰ ਪਤਨੀ ਗੁਰਤੇਜ ਸਿੰਘ,
ਵਾਸੀ ਪਿੰਡ ਰਾਣੀ ਵਾਲਾ ਜਿਸ ਦੀ ਮੌਤ ਹੋ ਗਈ ਹੈ, ਉਸ ਸੰਬੰਧੀ ਅਸੀਂ ਇਹਨਾਂ ਦੇ ਵਾਰਸ ਆ ਰਹੇ ਹਾਂ। ਵਾਰਸਾਂ ਨੂੰ ਅਤੇ ਜੋ ਸਟੇਟਮੈਂਟ ਦਿੰਦੇ ਅਗਲੇ ਉਹਦੇ ਹਿਸਾਬ ਨਾਲ ਅਸੀਂ ਕਾਰਵਾਈ ਕਰ ਰਹੇ ਹਾਂ। ਇਹ ਅਜੇ ਉਹਨਾਂ ਦੀ ਸਟੇਟਮੈਂਟ ਤੋਂ ਬਾਅਦ ਪਤਾ ਲੱਗੇ।